ਯਾਰ ਅੱਜ ਸਾਡਾ ਰਿਜ਼ਲਟ ਨਹੀਂ ਸੀ ਆਉਣਾ ਪੇਪਰਾਂ ਦਾ, ਰਿਜ਼ਲਟ ਤੇ ਵੇਖ ਬਣਿਆ ਕੀ ਏ, ਪਾਸ ਹੋਇਆ ਕਿ ਨਹੀਂ। ਮੈਂ ਤੇ ਚੌਧਰੀ ਪਾਸ ਹੀ ਹੋਣਾ, ਇੰਨਾ ਕੁ ਲਿਖਿਆ ਸੀ ਨਾ ਪੇਪਰ, ਵੇਖ ਲਿਆ ਰਿਜ਼ਲਟ ਕੀ ਬਣੀ। ਮੈਂ ਤੇ ਪਾਸ ਹੋ ਗਿਆ ਬੱਚਾ, ਮੇਰੇ ਅੱਬੇ ਮੈਨੂੰ ਗੱਡੀ ਲਿਆ ਕੇ ਦੇਣੀ ਹੈ, ਗੱਡੀ ਨਵੀਂ। ਮੇਰਾ ਕੀ ਬਣੀ, ਮੇਰਾ ਵੇਖ। ਉਹ ਤੂੰ ਤੇ ਫੇਲ ਹੋ ਗਿਆ। ਹਾਏ, ਮੇਰੇ ਅੱਬੇ ਵੀ ਮੈਨੂੰ ਰਿਕਸ਼ਾ ਲੈ ਕੇ ਦੇਣੇ ਈ। ਉਹ ਸੱਚੀ ਸੱਚੀ ਕਿੱਥੇ, ਮੇਰੇ ਅੱਬੇ ਮੈਨੂੰ ਹੁਣ ਘਰ ਨਹੀਂ ਵੜਨ ਦੇਣਾ, ਹੁਣ ਪਤਾ ਨਹੀਂ ਮੈਂ ਘਰ ਕਿੰਨ ਜਾਣਾ। ਚੰਗਾ ਹੁਣ ਤੂੰ ਆਪਣੇ ਘਰੇ ਹਾਲੋ, ਮੈਂ ਵੀ ਹੁਣ ਕੁਝ ਕਰਨਾ ਘਰ ਜਾ ਕੇ, ਅੱਬੇ ਨੂੰ ਪਤਾ ਲੱਗਾ ਉਹ ਤੇ ਮੈਨੂੰ ਵਾਂਗਣਾ ਫੜ ਕੇ। ਅੱਬਾ ਫਾਲਤੂ ਵਿੱਚ ਬਲਬ ਬਲ ਰਿਹਾ ਸੀ, ਬਿਜਲੀ ਦਾ ਜ਼ਿਆਦਾ ਬਿੱਲ ਆਵੇ ਤਾਂ, ਇਸ ਵਾਸਤੇ ਬਲਬ ਮੈਂ ਬੰਦ ਕਰ ਦਿੱਤਾ। ਵੈਰੀ ਗੁੱਡ ਬੇਟਾ, ਇਹ ਚੰਗਾ ਕੰਮ ਤੂੰ ਕੀਤਾ। ਥੈਂਕ ਯੂ। ਨਹੀਂ ਅੱਬਾ ਜੀ, ਥੈਂਕ ਯੂ ਵਾਲੀ ਕਿਹੜੀ ਗੱਲ ਹੈ, ਇਹ ਤੇ ਮੇਰਾ ਫਰਜ਼ ਬਣਦਾ, ਤੁਹਾਡੇ ਪੈਸੇ ਬਚਾਉਣੇ ਨੇ ਨਾ, ਐਵੇਂ ਜ਼ਿਆਦਾ ਬਿੱਲ ਆ ਜਾਂਦਾ ਬਿਜਲੀ ਦਾ ਖਰਚਾ ਹੋ ਜਾਏ ਤਾਂ। ਵਾਹ ਬੇਟਾ ਜੀ ਵਾਹ, ਵੈਰੀ ਗੁੱਡ ਵੈਰੀ ਗੁੱਡ। ਓਏ ਅੰਮੀ ਜੀ, ਉਹ ਘਰ ਵਿੱਚ ਪਾਣੀ ਖਤਮ ਹੋ ਗਿਆ ਸੀ ਨਾ, ਇਸ ਵਾਸਤੇ ਪਾਣੀ ਦੀ ਕੈਨ ਮੈਂ ਭਰ ਕੇ ਲੈ ਆਂਦੀਏ, ਹੁਣ ਤੁਹਾਨੂੰ ਪਾਣੀ ਭਰਨ ਦੀ ਕੋਈ ਲੋੜ ਨਹੀਂ। ਅੱਗੋਂ ਤਾਂ ਮੈਂ ਹੀ ਪਾਣੀ ਲੈ ਕੇ ਆਵਾਂਗਾ, ਅੱਗੋਂ ਤਾਂ ਕੋਈ ਵੀ ਘਰ ਵਿੱਚ ਕੰਮ ਹੋਇਆ ਤੁਸੀਂ ਮੈਨੂੰ ਦੱਸਣਾ। ਵਾਹ ਬੇਟਾ ਵਾਹ, ਇਹ ਤੇ ਬੜਾ ਚੰਗਾ ਕੰਮ ਕੀਤਾ ਤੂੰ, ਵੇਖਿਆ ਜੇ ਲੱਗਦਾ ਸਾਡਾ ਮੁੰਡਾ ਸਿਆਣਾ ਹੋ ਗਿਆ। ਆਹੋ ਬੇਗਮ, ਮੈਨੂੰ ਵੀ ਇੰਜ ਹੀ ਲੱਗਦਾ ਹੈ। ਬੇਟਾ ਤੂੰ ਬੜਾ ਹੀ ਚੰਗਾ ਕੰਮ ਕਰ ਰਿਹਾ, ਮੇਰੇ ਕੋਲ ਥੋੜੇ ਜਿੰਨੇ ਪੈਸੇ ਨੇ ਰੱਖ ਲੈ ਕੋਲ। ਨਹੀਂ ਅੰਮੀ ਜੀ, ਹੁਣ ਮੈਂ ਤੁਹਾਡੇ ਕੋਲ ਕੀ ਕੰਮ ਦੇ ਪੈਸੇ ਲੈਣੇ ਕਰਨੇ ਨੇ, ਇਹ ਤੇ ਮੇਰਾ ਉਂਝ ਵੀ ਫਰਜ਼ ਬਣਦਾ ਹੈ, ਆਖਿਰਕਾਰ ਮੈਂ ਤੁਹਾਡਾ ਬੇਟਾ ਨਹੀਂ, ਪੈਸੇ ਰਹਿਣ ਦਿਓ। ਵਾਹ ਬੇਟਾ ਜੀ ਵਾਹ, ਬੜੀ ਗੱਲ ਹੈ। ਹੈਲੋ ਪੀਨੋ ਪਮੀਰੀ, ਅੱਜ ਤੋਂ ਬਾਅਦ ਤੂੰ ਮੈਨੂੰ ਫੋਨ ਨਾ ਕਰੀ। ਅੱਬੂ ਜੀ, ਮੈਂ ਫਰਮਾ ਬਰਦਾਰ ਬੇਟਾ ਬਣ ਗਿਆ, ਅੱਜ ਤੋਂ ਬਾਅਦ ਮੈਂ ਕਿਸੇ ਲੜਕੀ ਨਾਲ ਗੱਲ ਨਹੀਂ ਕਰਨੀ। ਮੇਰੀ ਇੱਕ ਗਰਲਫ੍ਰੈਂਡ ਸੀ, ਉਹਨੂੰ ਮੈਂ ਤੁਹਾਡੇ ਤੋਂ ਛੁਪਾਇਆ ਸੀ, ਮੈਂ ਅੱਜ ਉਹਦੇ ਨਾਲ ਬ੍ਰੇਕਅਪ ਕਰ ਲਿਆ, ਐਵੇਂ ਫਜ਼ੂਲ ਵਿੱਚ ਸਿਰ ਖਾਂਦੀਆਂ ਨੇ, ਅੱਜ ਤੋਂ ਬਾਅਦ ਨਹੀਂ ਮੈਂ ਕਿਸੇ ਕੁੜੀ ਨਾਲ ਗੱਲ ਕਰਾਂ। ਵਾਹ ਬੇਟਾ ਜੀ ਵਾਹ, ਮਿੰਦਰ ਤੇ ਸੱਚੀ ਬੜਾ ਹੀ ਫਖਰ ਹੈ, ਤੂੰ ਕਿੱਡਾ ਚੰਗਾ ਬੇਟਾ ਬਣ ਗਿਆ। ਅੰਮੀ ਜੀ ਛੱਡੋ ਛੱਡੋ, ਅੰਮੀ ਜੀ ਛੱਡੋ, ਅੰਮੀ ਜੀ ਛੱਡੋ, ਬਵੋ ਤੁਸੀਂ ਇੱਥੇ ਥੱਲੇ ਬਵੋ ਕੇ, ਇਹ ਕੰਮ ਮੈਂ ਕਰਨਾ ਕਿ ਤੁਹਾਡਾ ਹੱਥ ਨਿਪਟਾਨਾ, ਇਹ ਮੇਰਾ ਫਰਜ਼ ਬਣਦਾ, ਤੁਸੀਂ ਬਵੋ ਇੱਥੇ ਰਿਲੈਕਸ ਕਰੋ। ਐ ਨਹੀਂ ਬਸ ਇਹ ਠੱਪ ਕੇ ਤੇ ਉਹ ਕਮਰੇ ਵਿੱਚ ਰੱਖਣਾ ਨਾ, ਵੇਖਿਆ ਮੈਂ ਰੱਖ ਕੇ ਆਇਆ, ਤੁਸੀਂ ਇੱਥੇ ਰਿਲੈਕਸ ਕਰੋ। ਵਾਹ ਸਾਡਾ ਬੇਟਾ ਕਿੰਨਾ ਹੀ ਚੰਗਾ ਹੋ ਗਿਆ। ਓਏ ਠੀਕ ਹੈ ਅੱਬੂ ਜੀ, ਮੈਂ ਬਾਹਰ ਜਾ ਕੇ ਗਾਰਡਨ ਵਿੱਚ ਸੌਣ ਲੱਗਾ। ਬੇਟਾ ਜੀ ਬਾਹਰ ਅੱਲਾ ਮਾਫੀ ਦੇਵੇ, ਬੇਟਾ ਜੀ ਬਾਹਰ ਕਿਉਂ ਸੋਣਾ, ਅੰਦਰ ਕਮਰੇ ਵਿੱਚ ਸੌਣਾ, ਏਸੀ ਲਾ ਕੇ ਠੰਡਾ ਜਿਹਾ। ਨਹੀਂ ਨਹੀਂ ਅੱਬੂ ਜੀ, ਕਮਰੇ ਵਿੱਚ ਨਹੀਂ ਮੈਂ ਸੋਣਾ, ਕਿਉਂਕਿ ਕਮਰੇ ਵਿੱਚ ਮੈਂ ਸੋਣਾ ਤੇ ਏਸੀ ਆਨ ਕਰਨਾ ਪੈਣਾ, ਏਸੀ ਚਲਾਉਣ ਨਾਲ ਬਿੱਲ ਬਹੁਤ ਜ਼ਿਆਦਾ ਆਉਂਦਾ, ਤੇ ਮੈਂ ਤੁਹਾਡੇ ਪੈਸੇ ਨਹੀਂ ਜ਼ਾਇਆ ਕਰਨਾ ਚਾਹੁੰਦਾ। ਬਾਹਰ ਗਾਰਡਨ ਵਿੱਚ ਜਾ ਕੇ ਉੱਥੇ ਠੰਡੀ ਵਾਏ ਮੈਂ ਉੱਥੇ ਸੌਂ ਜਾਣਾ। ਤੇ ਬੇਟਾ ਜੀ ਬਾਹਰ ਤੇ ਮੱਛਰ ਹੀ ਬੜੇ ਨੇ, ਅੱਛਾ ਇੰਜ ਕਰ ਇੱਕ ਨਿੱਕੀ ਜਿਹੀ ਟਿੱਕੀ ਲੈ ਜਾ ਤਾਂ ਕਿ ਮੱਛਰ ਨਾ ਤੰਗ ਕਰਨ। ਨਹੀਂ ਨਹੀਂ ਅੱਬੂ ਜੀ, ਉਹ ਵੀ ਪੈਸਿਆਂ ਨਾਲ ਹੀ ਆਉਂਦੀ ਹੈ ਨਾ, ਮੇਰੇ ਨਾਲ ਮੇਰੇ ਕੋਲ ਮੱਛਰ ਮਾਰਨ ਦਾ ਇੱਕ ਬੜਾ ਹੀ ਆਸਾਨ ਤਰੀਕਾ, ਮੈਂ ਉਹਦੇ ਨਾਲ ਮਾਰ ਲਾਂਦਾ ਤੇ ਹੁਣ ਮੱਛਰ ਨਹੀਂ ਮੈਨੂੰ ਕੁਝ ਜਾਂਦੇ, ਤੁਸੀਂ ਨਾ ਟੈਨਸ਼ਨ ਲਵੋ ਉਹਦੀ। ਵਾਹ ਬੇਟਾ ਜੀ ਵਾਹ, ਬੇਟਾ ਕਿੱਡਾ ਚੰਗਾ ਬੇਟਾ। ਲਓ ਜੀ ਫਿਰ ਮੇਰਾ ਮੱਛਰ ਮਾਰਨ ਦਾ ਤਰੀਕਾ। ਅੰਮੀ ਜੀ, ਤੁਸੀਂ ਆਪਣੀਆਂ ਸਹੇਲੀਆਂ ਤੋਂ ਸੜਦੇ ਸਾ ਨਾ ਕਿ ਉਹਨਾਂ ਦਾ ਕਿੰਨਾ ਚਿੱਟਾ ਰੰਗ ਹੈ, ਤੇ ਪਤਾ ਜੇ ਤੁਸੀਂ ਉਹਨਾਂ ਕੋਲ ਪੁੱਛਿਆ ਕਿ ਤੁਸੀਂ ਕਰੀਮ ਕਿਹੜੀ ਲਾਉਂਦੀਆਂ ਹੋ, ਤੇ ਪਤਾ ਜੀ ਉਹਨਾਂ ਤੁਹਾਨੂੰ ਕਰੀਮ ਨਹੀਂ ਸੀ ਦੱਸੀ, ਤੇ ਮੈਂ ਉਹਨਾਂ ਦੀ ਨਿੱਕੀ ਕੁੜੀ ਕੋਲ ਕਰੀਮ ਪੁੱਛ ਕੇ ਨਾ ਕਿ ਤੇਰੀ ਅੰਮੀ ਕਿਹੜੀ ਕਰੀਮ ਲਾਉਂਦੀ ਹੈ, ਮੈਂ ਤੁਹਾਡੇ ਵਾਸਤੇ ਕਰੀਮ ਲੈ ਕੇ ਆਉਂਦੀ ਹੈ, ਐ ਤੁਸੀਂ ਲਾਓ ਤੇ ਤੁਹਾਡਾ ਰੰਗ ਚਿੱਟਾ ਹੋ ਜਾਏਗਾ। ਫਿਰ ਜਾ ਕੇ ਸਹੇਲੀਆਂ ਅੱਗੇ ਸ਼ਸ਼ਕੇ ਮਾਰਿਆ ਤੇ ਨਾਲੇ ਅੱਬੂ ਪਿਆਰ ਆ ਜਾਏਗਾ ਤੁਹਾਡਾ ਜਵਾਨੀ ਵਾਲਾ। ਚਲੋ ਐ ਲਾਓ ਤੇ ਲਾ ਕੇ ਨਾ, ਤੁਸੀਂ ਵੀ ਨਾ ਕਿਸੇ ਨੂੰ ਦੱਸਿਆ। ਮੇਰਾ ਬੇਟਾ ਆਪਣੀ ਮਾਂ ਵਾਸਤੇ ਕਿੰਨਾ ਕੁਝ ਕਰ ਰਿਹਾ ਹੈ। ਸੁਣੀਏ ਜੀ, ਮੈਂ ਤੁਹਾਡੇ ਨਾਲ ਨਾ ਇੱਕ ਬਹੁਤ ਜ਼ਰੂਰੀ ਗੱਲ ਕਰਨੀ ਹੈ। ਜੀ ਬੇਗਮ ਦੱਸੋ ਕਿਹੜੀ ਗੱਲ ਕਰਨੀ ਜੇ, ਤੇ ਅੱਜ ਰੰਗ ਬੜਾ ਚਿੱਟਾ ਕੀਤੇ, ਅੱਜ ਹੈਰ ਹੋਵੇ ਸਹੀ। ਮੇਰੇ ਪੁੱਤਰ ਮੈਨੂੰ ਕਰੀਮ ਲਿਆ ਕੇ ਦਿੱਤੀ ਹੈ ਨਾ, ਇਸ ਵਾਸਤੇ। ਵੈਸੇ ਗੱਲ ਦੱਸੋ ਕਿਹੜੀ ਗੱਲ ਕਰਨੀ ਜੇ। ਵੇਖੋ ਨਾ, ਸਾਡਾ ਬੇਟਾ ਕਿੰਨਾ ਹੀ ਚੰਗਾ ਹੋ ਗਿਆ, ਸਾਡੇ ਸਾਰੇ ਘਰ ਦੇ ਕੰਮ ਵੀ ਕਰਦਾ, ਸਾਡੀ ਹਰ ਇੱਕ ਗੱਲ ਵੀ ਮੰਨਦਾ। ਮੈਂ ਆਪ ਪਰੇਸ਼ਾਨ ਆ, ਅੱਗੇ ਅੱਧੀ ਅੱਧੀ ਰਾਤ ਆਪਣੇ ਦੋਸਤਾਂ ਘਰ ਰਹਿੰਦਾ ਸੀ, ਹੁਣ ਟਾਈਮ ਨਾਲ ਹੀ ਸੌਂ ਜਾਂਦਾ ਹੈ, ਸੁਬਹ ਜਲਦੀ ਉੱਠ ਕੇ ਨਮਾਜ਼ ਵੀ ਪੜ੍ਹਦਾ ਹੈ, ਬਹੁਤ ਹੀ ਅੱਛਾ ਕੰਮ ਕਰ ਰਿਹਾ, ਬਹੁਤ ਚੰਗਾ ਕਰ ਰਿਹਾ। ਵੈਰੀ ਗੁੱਡ ਬੇਟਾ, ਮੈਨੂੰ ਆਪਣੇ ਬੇਟੇ ਤੇ ਪ੍ਰਾਊਡ ਹੈ। ਵੇਖੋ ਨਾ, ਉਹ ਸਾਡੇ ਬਾਰੇ ਕਿੰਨਾ ਸੋਚਦਾ, ਤੇ ਮੈਂ ਚਾਹੁੰਦੀ ਹਾਂ ਤੁਸੀਂ ਵੀ ਉਹਦੇ ਬਾਰੇ ਕੁਝ ਸੋਚੋ। ਬੇਗਮ ਤੂੰ ਕੀ ਸਮਝਨੀ ਹੈ, ਮੈਂ ਉਹਦੇ ਬਾਰੇ ਕੁਝ ਨਹੀਂ ਸੋਚਿਆ, ਮੈਂ ਅੱਜ ਸੋਚਿਆ ਕਿ ਮੈਂ ਅੱਜ ਉਹਨੂੰ ਨਾ ਨਵੀਂ ਗੱਡੀ ਲੈ ਕੇ ਦੇਣੀ ਹੈ, ਮੈਂ ਉਹਨੂੰ ਬੁਲਾਉਣਾ ਤੇ ਉਹਨੂੰ ਦੱਸਣਾ ਕਿ ਅਸੀਂ ਤੇਰੇ ਵਾਸਤੇ ਨਾ ਨਵੀਂ ਗੱਡੀ ਲੈ ਰਹੇ ਹਾਂ। ਬੇਟਾ ਜੀ ਉਰਾ ਵਿਆਹ ਗੱਲ ਸੁਣਿਆ, ਬੇਗਮ ਤੁਸੀਂ ਇੱਥੇ ਰਿਲੈਕਸ ਹੋ ਕੇ ਬੈਠੋ, ਆ ਗਿਆ ਬੇਟਾ, ਕਰ ਲੈਂਦੇ ਹਾਂ ਗੱਲ ਇਹਦੇ ਨਾਲ। ਜੀ ਅੱਬੂ ਜੀ ਪੌਂਕੋ, ਓਹੋ ਜੀ ਅੱਬੂ ਜੀ ਦੱਸੋ ਕੀ ਗੱਲ ਬਣੀ ਹੈ, ਮੈਨੂੰ ਕਿਉਂ ਬੁਲਾਇਆ ਜੇ। ਬੇਟਾ ਜੀ ਤੁਸੀਂ ਬਹੋ, ਅਸਾਂ ਨਾ ਤੁਹਾਡੇ ਨਾਲ ਇੱਕ ਗੱਲ ਕਰਨੀ ਹੈ। ਜੀ ਅੱਬੂ ਜੀ ਦੱਸੋ ਕੀ ਗੱਲ ਹੋਈ ਹੈ, ਹੈਰ ਤੇ ਹੈ, ਇਹਨਾਂ ਨੂੰ ਕੀ ਰਿਜ਼ਲਟ ਦਾ ਤੇ ਨਹੀਂ ਪਤਾ ਲੱਗ ਗਿਆ। ਬੇਟਾ ਅਸਾਂ ਤੁਹਾਡੇ ਵਾਸਤੇ ਨਾ ਕੁਝ ਪਲਾਨ ਕੀਤਾ, ਕਿਉਂਕਿ ਤੁਸੀਂ ਬਹੁਤ ਹੀ ਚੰਗੇ ਬਣ ਗਏ ਹੋ, ਸਾਡੀ ਹਰ ਇੱਕ ਗੱਲ ਵੀ ਮੰਨ ਰਹੇ ਹੋ, ਘਰ ਦਾ ਕੰਮ ਵੀ ਕਰ ਰਹੇ ਹੋ, ਫਜ਼ੂਲ ਖਰਚੀ ਵੀ ਨਹੀਂ ਕਰ ਰਹੇ, ਤੇ ਮੈਂ ਸੋਚਿਆ ਕਿ ਮੈਂ ਤੁਹਾਨੂੰ ਨਾ ਨਵੀਂ ਗੱਡੀ ਲੈ ਕੇ ਦੇ ਰਿਹਾ। ਜੀ ਮੈਂ ਨਵੀਂ ਗੱਡੀ ਲੈ ਕੇ ਦੇ ਰਹੇ ਹੋ? ਨਹੀਂ ਨਹੀਂ ਅੱਬਾ ਜੀ, ਕੋਈ ਗੱਲ ਨਹੀਂ, ਗੱਡੀ ਦੀ ਇੰਨਾ ਤਕੱਲਫ ਕਿਉਂ ਕਰ ਰਹੇ ਹੋ ਤੁਸੀਂ ਮੇਰੇ? ਵਾਹ ਬੇਗਮ, ਵੇਖੀ ਆਂਦਾ ਕੋਈ ਨਹੀਂ ਲੋੜ ਗੱਡੀ ਦੀ।
क्यों बेटा जी गड्डी क्यों नहीं चाहिए? नहीं अबू जी गड्डी हो वेखो ना इस वास्ते कि तुसा लाल दे अपने पैसे कमाए ने। ओ मैं तुहाडे लाल दे पैसियां नाल गड्डी लैके वारा गर्दी ते नहीं ना करनी। मैं तुहाडे लाल दे पैसियां च आराम नहीं कर सकदा। वेखे आंदा फजूल हर्जी नहीं करनी मेरे लाल दे पैसियां दी। वेखे किन्ने चंगा हो गया साडा बेटा। बेटा जी लव यू, मैं तुहाडे नाल लव यू है, लव यू टू हो गया जी अबू जी, लव यू टू हो गया। वैसे अबू जी मैं दसना सी कि मैं पेपर विच फेल हो गया। किसे जैनवन हरामद्या पुत्रा।